ਕਪੂਰਥਲਾ 'ਚ ਵਿਦੇਸ਼ੀ ਨੂੰਹ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਵੱਖ-ਵੱਖ ਜਥੇਬੰਦੀਆਂ ਦੇ ਧਰਨੇ ਤੋਂ ਬਾਅਦ ਪੁਲਿਸ ਨੇ ਸੱਸ ਸਹੁਰੇ ਤੇ ਪਤੀ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਸੱਸ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਕਿਹਾ ਜਾ ਰਿਹਾ ਕਿ USA ਦੀ ਸਿਟੀਜ਼ਨ ਰਾਜਦੀਪ ਕੌਰ ਦਾ ਵਿਆਹ ਕਪੂਰਥਲਾ ਦੇ ਇੱਕ ਨੌਜਵਾਨ ਨਾਲ ਹੋਇਆ ਸੀ, ਜਿਸ ਤੋਂ ਬਾਅਦ ਦੋਵੇਂ ਅਮਰੀਕਾ 'ਚ ਰਹਿ ਰਹੇ ਸੀ। 12 ਜਨਵਰੀ ਨੂੰ ਰਾਜਦੀਪ ਦੇ ਪਤੀ ਨੇ ਪਰਿਵਾਰ 'ਚ ਵਿਆਹ ਹੋਣ ਦਾ ਝੂਠ ਬੋਲ ਕੇ ਉਸ ਨੂੰ ਆਪਣੇ ਮਾਪਿਆਂ ਕੋਲ ਪੰਜਾਬ ਭੇਜ ਦਿੱਤਾ, ਜਿੱਥੇ ਆ ਕੇ ਉਸਦੀ 19 ਜਨਵਰੀ ਨੂੰ ਪੇਤ ਭਰੇ ਹਾਲਾਤਾਂ 'ਚ ਮੌਤ ਹੋ ਜਾਂਦੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਲੜਕੇ ਤੇ ਉਸਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਕੁਝ ਗੱਲਾਂ ਤੋਂ ਉਹਨਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਕਿ ਲੜਕੀ ਦੀ ਹੱਤਿਆ ਗਲ ਘੋਟ ਕੇ ਕੀਤੀ ਗਈ ਹੈ। ਦਰਅਸਲ ਪਰਿਵਾਰ ਨੇ ਇਨਸਾਫ ਦੇ ਲਈ ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ ਥਾਣੇ 'ਚ ਹੀ ਧਰਨਾ ਲਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੱਸ ਸਹੁਰੇ ਤੇ ਪਤੀ ਤੇ ਮਾਮਲਾ ਦਰਜ ਕਰਕੇ ਸੱਸ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ। ਮੈਨੂੰ ਜਦੋਂ ਉਹਨਾਂ ਦੇ ਪੇਰੈਂਟਸ ਵੱਲੋਂ ਐਡਵੋਕੇਟ ਕੀਤਾ ਗਿਆ ਕਿ ਸਾਡੀ ਬੇਟੀ ਜਿਹੜੀ ਆ ਅਮੈਰੀਕਨ ਸਿਟੀਜ਼ਨ ਆ, ਜੋ ਕਿ 12 ਜਨਵਰੀ ਨੂੰ ਇੱਥੇ ਆਈ ਆ ਤੇ 20 ਜਨਵਰੀ ਨੂੰ ਉਹਦੀ ਜਿਹੜੀ ਡੈਥ ਹੋ ਗਈ ਆ, ਜਦਕਿ ਝੂਠ ਬੋਲ ਕੇ ਜਿਹੜਾ ਮਨਜਿੰਦਰ ਸਿੰਘ ਆ ਜੀ, ਇਹਨੇ ਝੂਠ ਬੋਲ ਕੇ ਜਿਹੜਾ ਕੁੜੀ ਨੂੰ ਭੇਜਿਆ ਆਪਣੀ ਵਾਈਫ ਨੂੰ ਕਿ ਮੇਰੇ ਭੂਆ ਦੇ ਬੇਟੇ ਦਾ ਵਿਆਹ ਆ ਕਿ ਤੂੰ ਵਿਆਹ ਅਟੈਂਡ ਕਰਨਾ। ਜਦੋਂ ਇੱਥੇ ਆਉਂਦੀ ਆ ਕੋਈ ਵਿਆਹ ਨਹੀਂ ਆ, ਕੋਈ ਅੰਗੇਜ਼ ਨਹੀਂ ਹੋਇਆ, ਨਾ ਹੀ ਕੋਈ ਮੈਰਿਜ ਦੀ ਡੇਟ ਆ। ਅਤੇ ਜਦ ਇੱਥੇ 20-18 ਤਰੀਕ ਨੂੰ ਉਹਨਾਂ ਦੇ ਘਰਦਿਆਂ ਨੂੰ ਇੱਕ ਫੋਟੋ ਪਾਈ ਜਾਂਦੀ ਆ ਜਿਹਦੇ ਵਿੱਚ ਕੁੜੀ ਦੀ ਜਿਹੜੀ ਹੋਸ਼ ਆ ਉਹ ਅਨਕੌਂਸ਼ੀਅਸ ਹੋਈ ਪਈ ਆ ਕੁੜੀ। 19 ਤਰੀਕ ਰਾਤ ਨੂੰ ਉਹਦੀ ਡੈਥ ਹੋ ਜਾਂਦੀ ਆ ਅਤੇ ਜਿਹੜਾ ਫੋਨ ਕਾਲ ਕੀਤੇ ਜਾਂਦੇ ਆ ਉਹਨਾਂ ਦੇ ਪੇਰੈਂਟਸ ਨੂੰ, ਉਹਦੀ ਮੰਮੀ ਨੂੰ ਕੀਤਾ ਜਾਂਦਾ, ਬਾਅਦ 'ਚ ਉਹਦੇ ਭਰਾ ਨੂੰ ਕੀਤਾ ਜਾਂਦਾ। ਭਰਾ ਜਿਹੜਾ ਵਾ ਉਹਨੂੰ ਦੱਸਿਆ ਨਹੀਂ ਜਾਂਦਾ ਅਤੇ ਬਾਅਦ 'ਚ ਉਹਦੇ ਪੇਰੈਂਟਸ ਦੀ ਜਦੋਂ ਗੱਲ ਹੁੰਦੀ ਆ ਉਹਨਾਂ ਦੇ ਸਹੁਰੇ ਪਰਿਵਾਰ ਨਾਲ, ਉਹ ਕਹਿੰਦੇ ਕਿ ਤੁਹਾਡੀ ਬੇਟੀ ਦੀ ਡੈਥ ਹੋ ਗਈ ਆ ਰੂਮ ਹੀਟਰ ਦੀ ਗੈਸ ਦੀ ਵਜ੍ਹਾ ਨਾਲ। ਅਤੇ ਜਦਕਿ ਜਿਹੜਾ ਉਹਨਾਂ ਦਾ ਮਨਜਿੰਦਰ ਸਿੰਘ ਜਵਾਈ ਆ ਉਹ ਕਹਿ ਰਿਹਾ ਵਾ ਹਾਰਟ ਅਟੈਕ ਨਾਲ ਉਹਦੀ ਡੈਥ ਹੋਈ ਆ। ਜਿਹਦੀ ਸੰਗ ਦੇ ਵਿੱਚ ਉਹਨਾਂ ਨੂੰ ਸ਼ੱਕ ਹੋਇਆ ਅਤੇ ਇਹਨਾਂ ਨੇ ਬੰਦਿਆਂ ਨੇ ਤਿੰਨ ਉਹਨਾਂ ਤੋਂ ਪਰਮਿਸ਼ਨ ਤੋਂ ਬਿਨਾਂ ਹੀ ਇਹਨਾਂ ਨੇ ਪੋਸਟਮਾਰਟਮ ਜਿਹੜਾ ਕਰਵਾ ਲਿਆ ਗਿਆ, ਠੀਕ ਆ। ਅਤੇ ਪੋਸਟਮਾਰਟਮ ਦੀ ਇਹਨਾਂ ਨੇ ਰਿਪੋਰਟ ਵੀ ਜਿਹੜੀ ਆ ਦੇ ਵਿੱਚ ਉਹਨਾਂ ਨੂੰ ਸ਼ੰਕਾ ਸੀ ਕਿ ਕੁਛ ਵੀ ਹੋ ਸਕਦਾ, ਜਿਹਦੇ ਕਰਕੇ ਉਹਨਾਂ ਨੇ ਇੱਥੇ ਆਪਣਾ ਪੂਰਾ ਪ੍ਰੋਟੈਸਟ ਕੀਤਾ। ਪ੍ਰੋਟੈਸਟ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ਼ ਜਿਹੜੀ ਆ ਮਾਮਲਾ ਦਰਜ ਕੀਤਾ ਗਿਆ ਸੁਲਤਾਨਪੁਰ ਲੋਧੀ ਥਾਣੇ ਦੇ ਵਿੱਚ, ਜਿਹੜੇ ਧਾਰਾ ਉਹਨਾਂ 'ਤੇ ਲੱਗੀ ਆ 302, 120B, 34 IPC। ਅਤੇ ਅਗਲੀ ਜਿਹੜੀ ਕਾਰਵਾਈ ਆ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਲਿਆਈ ਜਾਊਗੀ, ਨਾਲ ਜਿਹੜੀ ਰਿਪੋਰਟ ਆ ਮੈਡੀਕਲ ਜਿਹੜੀ ਪ੍ਰੋਪਰ ਰਿਪੋਰਟ ਆ ਉਹ ਵੀ ਆ ਜਾਊਗੀ, ਉਹਦੇ ਵਿੱਚ ਸਾਰਾ ਕਲੀਅਰ ਹੋ ਜਾਣਾ। ਜਿਹੜੀ ਪ੍ਰੀ ਰਿਪੋਰਟ ਹੈਗੀ ਆ ਜੀ ਪੋਸਟਮਾਰਟਮ ਰਿਪੋਰਟ, ਉਹਦੇ ਵਿੱਚ ਇਹ ਸ਼ੋ ਹੋਇਆ ਕਿ ਉਹਦਾ ਜਿਹੜਾ ਗਲਾ ਘੁੱਟ ਕੇ ਜਿਹੜਾ ਸਾਹ ਜਿਹੜਾ ਵਾ ਦਬਾ ਕੇ ਉਹਦੀ ਜਿਹੜੀ ਡੈਥ ਕੀਤੀ ਗਈ ਆ, ਉਹਦਾ ਕਤਲ ਕਰ ਦਿੱਤਾ ਗਿਆ। ਅਤੇ ਇਹ ਕਤਲ ਦੇ ਵਿੱਚ ਜੀ 3 ਦੋਸ਼ੀ ਹੈ ਜਿਨ੍ਹਾਂ ਦੇ ਉੱਤੇ FIR ਹੋਈ ਆ। ਅਤੇ ਜਿਹੜੀ ਮਾਂ ਵਾ ਮੁੱਦਈ, ਉਹਦੇ ਬਿਆਨ ਇਹ ਦਿੱਤੇ ਗਏ ਆ ਕਿ ਜਿਹੜੀ ਮਾਂ ਨੇ ਜਿਹੜਾ ਮਨਜਿੰਦਰ ਸਿੰਘ ਦੇ ਕਹਿਣ ਦੇ ਉੱਤੇ ਉਹਦੀ ਮਾਂ ਨੇ ਉਹਦੇ ਪਿਤਾ ਨੇ ਜਿਹੜਾ ਵਾ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ।